ਅੱਜ ਮੈਂ ਰੂਬਰੂ ਦੇਖ ਰਹੀ ਹਾਂ, ਬਹੁਤ ਖੁਸ਼ੀ ਹੋਈ ਔਰ ਇਹਨਾਂ ਦੇ ਸਾਹਮਣੇ ਗਾਉਣਾ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਐਕਸਪੀਰੀਅੰਸਡ ਨੇ ਅਤੇ ਮਾਲਵੇ ਦੇ ਵਿੱਚ ਇਹਨਾਂ ਨੂੰ ਮਤਲਬ ਕੋਈ ਹੈ ਜਾਣ ਪਹਿਚਾਣ ਦੀ ਮੁਹਤਾਜ ਨਹੀਂ, ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਆ। ਭਿੰਦੇ ਸ਼ਾਹ ਰਾਜੋਵਾਲੀਆ ਜੀ ਸਾਡੇ ਬਹੁਤ ਹੀ ਸਨਮਾਨ ਚਿਹਰੇ ਨੇ। ਜ਼ਿੰਦਗੀ ਦੀ ਘੋਲ ਵੀ ਅਜੀਬ ਹੈ, ਜ਼ਿੰਦਗੀ ਦੀ ਘੋਲ ਵੀ ਅਜੀਬ ਹੈ, ਸਦਾ ਹੀ ਸ਼ਰੀਫ ਜਾਵੇ ਹਾਰ ਦਾ, ਚਿੱਤ ਨਾ ਡੁਲਾਇਓ ਪਰ ਸੂਰਿਓ, ਵੇਖਿਓ ਨਜ਼ਾਰਾ ਜਾਂਦੀ ਵਾਰ ਦਾ, ਸੱਚ ਤੇ ਇਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋ, ਮੈਂ ਤਾਂ ਇਹੀ ਕੱਢਿਆ ਏ ਤਾਤੇ ਜੀ। ਅਤੇ ਤਾਂ ਉਹ ਮੈਮ ਦਾ ਵੀ ਬਹੁਤ ਬਹੁਤ ਥੈਂਕ ਯੂ, ਰਿਕੁਐਸਟ ਕੀਤੀ ਸੀ ਔਰ ਮੈਮ ਨੇ ਮੰਨੀ ਆ, ਥੈਂਕ ਯੂ ਸੋ ਮੱਚ। ਟਾਈਮ ਬਹੁਤ ਥੋੜ੍ਹਾ ਮਿਲਿਆ, ਟਾਈਮ ਥੋੜ੍ਹੇ ਦੇ ਵਿੱਚ ਆਪਾਂ ਜ਼ਿਆਦਾ ਕੁਛ ਕਰਨਾ, ਘੜੇ ਦੇ ਵਿੱਚ ਸਮੁੰਦਰ ਭਰਨਾ।
ਚੜਾਈ ਨਾ ਮੈਂ ਤਾਂ ਲੋਕਾਂ ਨੂੰ ਕਹਿੰਦੀ ਹੁੰਦੀ ਵੀ ਰੱਬ ਨੂੰ ਬਾਹਲਾ ਵੀ ਨਾ ਯਾਦ ਕਰਿਆ ਕਰੋ, ਪੁੱਤ ਨੇ ਰੱਬ ਨੇ ਇੱਕ ਵਾਰੀ ਯਾਦ ਕਰ ਲਿਆ ਸਾਰੀ ਹਫੜਾ ਤਾਂ ਬੜੀ ਮੱਚ ਜੂਗੀ, ਥੋੜਾ ਥੋੜਾ ਰੱਬ ਨੂੰ ਯਾਦ ਰੱਖਿਆ ਕਰੋ। ਕਹਿੰਦੇ ਜੱਟ ਹੋ ਕੇ ਸਬਜ਼ੀ ਲੈਂਦਾ ਜਿਹੜਾ ਰੇੜੀ ਤੋਂ, ਡੋਲੂ ਚੱਕ ਕੇ ਦੁੱਧ ਲੈਣ ਜਾਂਦਾ ਡੇਰੀ ਤੋਂ, ਜਦੋਂ ਘਰੇ ਲਵੇਰਾ ਰੱਖ ਨਹੀਂ ਹੁੰਦਾ, ਬੇਸ਼ੱਕ ਰਹੇ ਪੰਜਾਬ ਤੇ ਉਹ ਜੱਟ ਨਹੀਂ ਹੁੰਦਾ, ਬੇਸ਼ੱਕ ਰਹੇ ਪੰਜਾਬ ਤੇ ਉਹ ਜੱਟ ਨਹੀਂ ਹੁੰਦਾ। ਆਹ ਸਾਡੇ ਗਵਾਂਢੀਆਂ ਦੀ ਗੱਲ ਹੈ। ਕਹਿੰਦੇ ਜਿਹੜਾ ਚਲਦੀ ਬਾਰੀ ਵਿੱਚ ਨੱਕਾ ਧਰ ਲੈਂਦਾ,
ਕਈ ਵਾਰੀ ਨਹਿਰ ਚ ਪਾਣੀ ਸੁੱਕ ਜਾਂਦਾ ਨਾ ਮੋਗੇ ਚ, ਤੇ ਪਾਣੀ ਦੇ ਅੱਗੇ ਚੱਲੀ ਜਾਂਦਾ ਹੁੰਦਾ ਤੇ ਮਗਰੀ ਨੱਕਾ ਪਾ ਲੈਂਦੇ ਆ। ਚਲਦੀ ਬਾਰੀ ਵਿੱਚ ਨੱਕਾ ਧਰ ਲੈਂਦਾ, ਸ਼ਾਮਲਾਣ ਦੇ ਵਿੱਚ ਕਿੱਕਰ ਜਾਂ ਟਾਲੀ ਵੱਢ ਲੈਂਦਾ, ਉਦੋਂ ਕਮੀਨਾ ਕੋਈ ਘੱਟ ਨਹੀਂ ਹੁੰਦਾ। ਬੇਸ਼ੱਕ ਰਹੇ ਪੰਜਾਬ।